ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਤੁਸੀਂ ਜਾਣਦੇ ਆ, ਅੱਜ ਹੈਗੀ ਆ 13 ਨਵੰਬਰ। ਅੱਜ ਤੋਂ ਤਿੰਨਸੁਕੇ ਗੁਰਦੁਆਰੇ ਆਰੰਭ ਸ੍ਰੀ ਅਖੰਡ ਪਾਠ ਹੋਣ ਵਾਲਾ ਹੈ ਔਰ ਨਗਰ ਕੀਰਤਨ ਵੀ ਨਿਕਲਣ ਵਾਲਾ ਹੈ। ਤੋ ਇਸ ਲਈ ਗੁਰਦੁਆਰੇ ਦੀ ਜੋ ਨਗਰ ਕੀਰਤਨ ਦੀ ਟਰੋਲੀ ਆ ਉਹ ਤਿਆਰ ਹੋਣ ਡਈ ਆ। 8:30 ਵਜੇ ਤੋਂ ਨਿਸ਼ਾਨ ਸਾਹਿਬ ਦਾ ਕੀਰਤਨ ਹੋਇਆ ਜਾਊਗਾ, ਉਹਦੇ ਬਾਅਦ ਅਰਦਾਸ ਹੋਊਗੀ। ਹੁਣ ਅਸੀਂ ਜਾਵਾਂਗੇ ਥੱਲੇ, ਤੁਹਾਨੂੰ ਦਿਖਾਵਾਂਗੇ ਗੁਰਦੁਆਰੇ ਦੀ ਕੀ ਡੈਕੋਰੇਸ਼ਨ ਹੋਈ ਆ। 10 ਵਜੇ ਤੋਂ ਲੰਗਰ ਵੀ ਸ਼ੁਰੂ ਹੋਣ ਵਾਲਾ ਆ। ਤੋ ਹੁਣ ਚੱਲਦੇ ਹਾਂ ਅਸੀਂ ਥੱਲੇ। ਤੋ ਇੱਥੇ ਨਿਸ਼ਾਨ ਸਾਹਿਬ ਦਾ ਕੀਰਤਨ ਹੋਣ ਵਾਲਾ ਆ। ਸਿੱਖਾਂ ਦਾ ਮਨਨੀਵਾ ਮਧ ਉੱਚੀ ਮੰਦਾ ਰਾਖਾ ਅਕਾਲ ਪੁਰਖ ਪੰਜ ਦੇ ਸਦਾ ਸਹਾਈ ਦਾ ਤਾਣ ਜੋ ਸ੍ਰੀ ਨਨਕਾਣਾ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਉਛੜਿਆ ਗਿਆ ਹੈ
ਹੋਰ ਗੁਰਮੁਖ ਪਰਿਵਾਰ ਨੂੰ ਜਿਨ੍ਹਾਂ ਦੇ ਨਾਮ ਆਪ ਜਾਣੇ ਜਾਣੋ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਸ਼ਟਾਨ ਪ੍ਰਚੰਡ ਹਾਜ਼ਰ ਆਪ ਜੀ ਨੂੰ ਪ੍ਰਵਾਨ ਹੋਇਆ ਪ੍ਰਸਾਦ ਰਸਨੀ ਲਾਇਕ ਲਾ ਵਾਹਿਗੁਰੂ ਜੀ ਕੀ ਬਦੇ ਜੋ ਚਕੇ ਆਪ ਜੀ ਦਾ ਪਵਿੱਤਰ ਨਾਮ ਸਵਾ ਸਵਾ ਦੇਪੀ ਅਸੀਂ ਖਿੰਡ ਖਿੰਡ ਕਾਲ ਵਿਖੇ ਭੁੱਲਣ ਹਾਰ ਹਾਂ ਸਾਡੇ ਗੁਣਾਂ ਨਾਲ ਚਿਤਾਰਦਾ ਆਪਣੇ ਬਖਸ਼ਮ ਲੱਗੀ ਨਦੀ ਰੱਖਣੀ ਜੋਤ ਜੀ ਆਪ ਜੀ ਤੇ ਡਰਦੇ ਆਵਾ ਨਾਨਕ ਨਾਮ Thank you.
ਜਗਮਗ ਜੋਤ ਬਿਨਾ ਨਹੀਂ ਅਵਤਲ ਨਗਰ ਅਪਾ
ਮੈਂ ਕਹਿੰਦਾ ਉਤਾਰ ਲੈਨੇ ਆ ਮੈਨੂੰ
ਜੈ ਸੁਬਿਆ ਜਗਵੀਨ ਨਾਮਾ ਕੁੰਡਾਰ ਬਾਬੇ ਦੀ ਭੀੜ ਚ ਉੱਤੇ ਲੈ ਕੇ ਆਉਣੀ ਹੈ ਨਾ ਉੱਤੋਂ ਹੀ ਵੀਡੀਓ ਬਣਾਉਂਦੇ ਬਣਾਉਂਦੇ ਤਾਪ ਨਿਵਾਰਣ ਹਾਰਾ ਦੁੱਖ ਹਰਦਾ ਸੁਖਰਾਸ ਤਾਕੂ ਨਿਧਨ ਨਾ ਕੋ ਲਾਗੈ ਜਾਕੀ ਪ੍ਰਭੂ ਆਗੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਸ ਸਾਹਿਬ ਦਸਵੇਂ ਪ੍ਰਤਮ ਭਗਵਤੀ ਸਿਮਰਕੈ ਗੁਰੂ ਨਾਨਕ ਦੇਵ ਧਿਆਏ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦਵਾ ਮੈਂ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਸਭ ਥਾਈ ਹੋਏ ਸਹਾਏ ਦਸਾਂ ਪਾਸਿੰਘਾਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੈ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਜੋਆਂ ਸਾਹਿਬ ਜਾਦਿਆਂ ਚਾਰਿਆਂ ਮੁਕਤੇ ਹੱਟਿਆਂ ਜਪਿਆਂ ਤਪਿਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੈਂਡੀਡੇਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਏ ਦਾ ਧਿਆਨ ਤਰਕੈ ਬੋਲੋ ਜੀ ਸਿੰਘਾਸਣਿਆ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨਵਾਈਆਂ ਚਰਖੜਿਆ ਤਿਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੇ ਗੁਰਬਾਣੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸੁਭਾਸਾ ਨਾ ਨਿਭਾਈ ਤਿਨਾਂ ਦੇ ਪਵਿੱਤਰ ਕਮਾਏ ਦਾ ਧਿਆਨ ਤਰਕੈ ਬੋਲੋ ਜੀ ਪੰਜਾਬ ਤੱਕ ਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੈ ਬੋਲੋ ਜੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਵਾ ਵੈ ਚਿਤਵਾ ਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਰ ਬੰਨ ਕੇ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸਨਾਨ ਚੌਕਿਆ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੇ ਸਿੱਖਾਂ ਦਾ ਮਨ ਨੇਵਾ ਮਤ ਉੱਚੀ ਮਨ ਮਦ ਦਾ ਰਾਖਾ ਵਕਾਲ ਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਸਤਿਗੁਰੂ ਜੀ ਜਿਨ੍ਹਾਂ ਤੋਂ ਖਾਲਸਾ ਬਨ ਨੂੰ ਵਿਛੋੜੇਗਾ ਸਤਿਗੁਰੂ ਜੀ ਕਿਨਾਂ ਦੇ ਖੁੱਲੇ ਦਰਸ਼ਨ ਸੇਵਾ ਸਮਾਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣੀਆਂ ਦੇ ਮਾਣ ਗੁਰੂ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਾਲ ਪੁਰਖ ਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਦਿਲ ਕੀ ਜੋਦਰਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁਲ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਦੋਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪ੍ਰਭ ਦੇ ਕੁਸਲੇ ਸਰੂਰੇ ਗੁਰਦੁਆਰੇ ਤੀਨ ਨਮੋ ਦੇ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਜੀ ਅਤੇ ਆਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੂੰ ਪੰਜ ਪਿਆਰਾ ਹੇਠ ਅਗਵਾਹੀ ਦੇ ਵਿੱਚ ਸਤਿਗੁਰੂ ਜੀ
ਨਗਰ ਕੀਰਤਨ ਰੂਪ ਵਿੱਚ ਨਗਰ ਭ੍ਰਮਣ ਕਰਨ ਵਾਸਤੇ ਸਤਿਗੁਰ ਜੀ ਆਪ ਜੀ ਨੂੰ ਆਪ ਜੀ ਦੀ ਸੰਗਤਾ ਪੰਜ ਪਿਆਰੇ ਸਤਿਗੁਰ ਜੀ ਆਪ ਦੇ ਚਰਨਾਂ ਵਿੱਚ ਹਾਜ਼ਰ ਹਨ। ਸਤਿਗੁਰ ਜੀ ਆਪ ਕਿਰਪਾ ਕਰੋ, ਸਤਿਗੁਰ ਜੀ ਨਗਰ ਕੀਰਤਨ ਕਰਨ ਦੀ ਆਪ ਅਰੰਭਤਾ ਬਖਸ਼ਿਸ਼ ਕਰੇ। ਸਤਿਗੁਰ ਜੀ ਪੰਜ ਪਿਆਰੇ ਦੀ ਅਗਵਾਈ ਵਿੱਚ ਪੰਜ ਪਿਆਰੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹਨ। ਸਤਿਗੁਰ ਜੀ ਆਪ ਅੱਗਿਆ ਬਖਸ਼ਿਸ਼ ਕਰੋ। ਸਤਿਗੁਰ ਜੀ ਆਪਣੀ ਸੇਵਾ ਆਪ ਲੈਣੀ ਆਪ ਕਰਨ ਦਾ ਉਤਸ਼ਾਹ ਮਨਾ ਵਿੱਚ ਸਤਿਗੁਰ ਜੀ ਆਪ ਜੀ ਦੇ ਸਤਿਗੁਰ ਜੀ ਸਾਰੀ ਸੇਵਾ ਸੱਦੀਆਂ ਵਿਧ ਪ੍ਰਕਾਰ ਦੀਆਂ ਭੁੱਲਾ ਚੁੱਕਾ ਹੋ ਜਾਣੇ। ਸਤਿਗੁਰ ਜੀ ਆਪ ਜੀ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਜੀ ਸਾਰੇ ਨਗਰ ਕੀਰਤਨ ਦੀ ਸੇਵਾ। ਸਤਿਗੁਰੂ ਜੀ ਆਪ ਅੰਗ ਸੰਗ ਖਲੋ ਕੇ ਸੰਪਰਨ ਕਰਵਾਵਣ ਜੀ ਪੰਜ ਪਿਆਰੇ 654 ਦੇ ਸਤਿਗੁਰੂ ਜੀ ਆਪਦੇ ਚਰਨਾਂ ਵਿੱਚ ਹਾਜ਼ਰ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਚਾਲੇ ਪਾਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਦੇਹਾਲ Thank you.
ਤੈਨੂੰ ਬੁਲਾਇਆ। ਅਰੇ ਰਜਾਵੇਂ ਦੇ
ਪਰਿਵਾਰ ਚੜਾਇਆ ਪਜਾਮਾ ਸਾਰਾ ਖੁੱਲਾ ਹੋ ਗਿਆ ਆ ਦੇਖ ਥੱਲਿਓ ਜੀਰੋ ਜਾ ਆਹ
Thank you.